ਸਾਡੀ ਸੜਕ ਦਾ ਮਸਲਾ ਹੱਲ ਹੋਵੇ, ਬਾਕੀ ਸਾਡੇ ਛੋਟੇ ਛੋਟੇ ਬੱਚੇ ਆ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਆਪਣੇ ਕਿੰਨੇ ਵੀ ਔਖੇ ਜਾਂਦੇ ਆ, ਤੁਸੀਂ ਵੀ ਆਪ ਹੀ ਆਏ ਹੋ, ਰਾਹ ਕਿੰਨਾ ਥੋੜਾ ਮਾੜਾ ਹੈ ਸੜਕ, ਬਾਕੀ ਛੋਟੇ ਬੱਚੇ ਇੰਨੀ ਦੇ, ਸਾਡਾ ਸਕੂਲ ਨਹੀਂ ਕਿ ਸਾਡਾ ਹੋਰ ਕੁਛ ਨਹੀਂ। ਕੀ ਮੰਗ ਕਰਦੇ ਹੋ ਤੁਸੀਂ? ਸਾਨੂੰ ਸੜਕ ਦੀ ਮੰਗ ਹੈ, ਜਿੰਨਾ ਚਿਰ ਅਸੀਂ ਸੜਕ ਨਹੀਂ ਸਾਡੀ ਮਨਜ਼ੂਰ ਹੁੰਦੀ ਉਨਾ ਚਿਰ ਅਸੀਂ ਵੋਟਾਂ ਕਿਸੇ ਨੂੰ ਨਹੀਂ ਪਾਣੀਆਂ। ਕੀ ਤੁਸੀਂ ਸਾਰੀਆਂ ਪਾਰਟੀਆਂ ਦਾ ਬਾਈਕਾਟ ਕਰੋਗੇ? ਹਾਂਜੀ, ਅਸੀਂ ਨਾ ਹੁਣ ਇੱਥੇ ਜਦੋਂ ਵੀ ਰਹਿਣ ਲੱਗੇ ਹਾਂ ਸਾਨੂੰ ਹਾੜਾਂ ਨੇ ਨਾ ਦਬਾ ਕੇ ਥੱਲੇ ਰੱਖ ਦਿੱਤਾ। ਅਸੀਂ ਜਿੰਨੇ ਵੀ ਕੋਈ ਅਫਸਰ ਆਉਂਦੇ ਨੇ ਉਹਨਾਂ ਸਾਧਿਆਂ ਦੇ ਬੰਦਿਆਂ ਦੇ ਸਾਰਿਆਂ ਦੇ ਮਿਹਨਤ ਦੇ ਪਰਚੇ ਕਰ ਕਰਕੇ ਅੰਦਰ ਕੀਤੀ ਜਾਂਦੇ ਆ। ਇਸ ਵਿੱਚ ਨੂੰ ਸਾਹਿਬ ਨੂੰ ਚਾਹੀਦਾ ਜਦੋਂ ਇੰਨੀ ਕੋਈ ਪਸੀਨਾ ਆਏ ਕਿ ਟਰਾਲੀ ਭਰ ਕੇ ਲਿਆਉਂਦਾ ਉਹਨੂੰ ਇਹਨੇ ਬਾਬਲ ਤਾਂ ਮੱਥੇ ਲੱਗਣਾ ਨਹੀਂ, ਜੋ ਲੱਗਣਾ ਚਾਹੀਦਾ ਅਤੇ ਥਾਪੀ ਮਾਰਨੀ ਚਾਹੀਦੀ ਹੈ ਵੀ ਤੂੰ ਮਿਹਨਤ ਨਾਲ ਕਮਾਈ ਕਰ ਰਿਹਾ, ਬਹੁਤ ਵਧੀਆ ਕਰ ਰਿਹਾ। ਹਾਂਜੀ, ਅਤੇ ਕਈ ਨਾਲ ਮਾਰ ਕੇ ਭਰ ਕੇ ਲਿਆਉਂਦੀ ਆ, ਆਪਦੇ ਬੱਚਿਆਂ ਨੂੰ ਰੋਟੀ ਖਵਾਏਗਾ, ਠੀਕ ਹੈ। ਉਹਦੇ 'ਚ ਚੁੱਕਦੇ ਐਸ ਐਚ ਸਾਹਿਬ ਜੇਲ੍ਹ ਦੇ ਵਿੱਚ ਮਾਰ ਦਿੰਦਾ। ਅਸੀਂ ਹੁਣ ਅਸੀਂ ਨੇ ਸਾਰੀ ਮੀਟਿੰਗ ਕਰ ਲਈ, ਅਸੀਂ ਸਾਰੇ ਇੱਕ ਟਰਾਲੀ ਫੜੀ ਜਾਏਗੀ, ਅਸੀਂ ਸਾਰੇ ਦੇ ਸਾਰੇ ਇੱਥੇ ਮਰਨ ਵਾਲੂ ਸੜਕਾਂ 'ਤੇ, ਸਾਰਾ ਪਰਿਵਾਰ ਮਰਨ ਨੂੰ ਤਿਆਰ ਹੋ ਗਿਆ। ਹੁਣ ਅਸੀਂ ਨਹੀਂ ਡਟ ਕੇ ਵਿਰੋਧ ਕਰਾਂਗੇ ਇਹਨਾਂ ਨੂੰ, ਆ ਜਿਹੜੇ ਹੈਗੇ ਲੋਟੂ ਪਾਰਟੀ, ਇਹਨਾਂ ਦਾ ਤਾਂ ਅਸੀਂ ਮੁਰਦਾਬਾਦ ਕਰਾਂਗੇ, ਮੋਦੀ ਛੋਦੀ ਚੱਕ ਦਿਆਂਗੇ, ਧੌਣ 'ਤੇ ਗੋਡਾ ਰੱਖ ਦਿਆਂਗੇ। ਇਸ ਟਾਈਮ ਤੋਂ ਸਾਡਾ ਪਿੰਡ ਆਜ਼ਾਦ ਹੋਇਆ, ਉਸ ਤੋਂ ਲੈ ਕੇ ਅੱਜ ਤੱਕ ਭਾਅ ਜੀ ਸਾਡੀ ਸੜਕ ਨਹੀਂ ਬਣੀ ਪਿੰਡ ਦੀ। ਅਤੇ ਨੰਬਰ 2, ਸਾਡੇ ਪਿੰਡ ਦੀ ਬਿਲਡਿੰਗ ਤਾਂ ਬਣੀ ਸਕੂਲ ਦੀ, ਪਰ ਉਹਦੇ ਵਿੱਚ ਟੀਚਰ ਨਹੀਂ ਹੈਗਾ। ਇਸ ਕਰਕੇ ਜਿਹੜੀਆਂ ਵੀ ਪਾਰਟੀਆਂ ਆਉਂਦੀਆਂ ਸਾਡੇ ਕੋਲ ਵੋਟਾਂ ਲੈਣ ਵਾਸਤੇ, ਅਸੀਂ ਪਹਿਲਾਂ ਹੀ ਭਾਅ ਜੀ ਲਿਖ ਕੇ ਬਗੈਦਾ ਅਸੀਂ ਲਾ ਕੇ ਰੱਖ ਦੇਣਾ, ਕਿਸੇ ਨੂੰ ਅਸੀਂ ਵੋਟ ਨਹੀਂ ਦੇਵਾਂਗੇ, ਕਿਉਂ ਸਾਡਾ ਕੰਮ ਤਾਂ ਕੋਈ ਕਰਦਾ ਨਹੀਂ ਹੈਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਜਿਹੜਾ ਛੱਤ ਦੇ ਜ਼ੋਰ ਨਾਲ ਇਹਨਾਂ ਕੋਲ ਲੈ ਲੈਂਦਾ ਉਹ ਲੈ ਲੈਂਦਾ, ਜਿਹੜਾ ਗਰੀਬ ਤਰਸਦਾ ਰਹਿੰਦਾ ਅਤੇ ਉਹਨੂੰ ਕੁਛ ਵੀ ਨਹੀਂ ਦਿੱਤਾ ਜਾਂਦਾ, ਕਿਉਂਕਿ ਸਾਡੀਆਂ ਸਰਕਾਰਾਂ ਜਿਹੜੀਆਂ ਆਪਣਾ ਢੇਡੀ ਭਰਦੀਆਂ, ਕਿਸੇ ਗਰੀਬ ਦਾ ਢਿੱਡ ਨੂੰ ਪੁੱਛਦੀਆਂ ਵੀ ਨਹੀਂ ਆਣ ਕੇ ਪਾਣੀ ਦੇ ਵਿੱਚ, ਜੋ ਹਾਲਾਤ ਹੋਏ, ਜੋ ਇਹਨਾਂ ਦਾ ਰਸਤੇ ਦਾ ਹਾਲਾਤ ਆ, ਜੇ ਬੱਚੇ, ਮੈਂ ਖੁਦ ਆਉਂਦਾ ਮੇਰੇ ਕੱਪੜੇ ਲਿਬੜ ਜਾਂਦੇ, ਮੈਂ ਦੂਜੇ ਕੱਪੜੇ ਆਣ ਕੇ ਗੁਰਦੁਆਰੇ ਬਦਲੀ ਕਰਦਾ। ਪਾਣੀ ਦੇ ਵਿੱਚ ਲੱਖ ਲੱਖ ਪਾਣੀ ਮੈਂ ਲੰਘ ਕੇ ਆਉਂਦਾ ਰਿਹਾ, ਬੇੜੀ 'ਤੇ ਮੈਨੂੰ ਲੈ ਕੇ ਆਉਂਦੇ ਰਹੇ ਅਤੇ ਬੇੜੀ 'ਤੇ ਮੈਨੂੰ ਛੱਡ ਕੇ ਆਉਂਦੇ ਰਹੇ, ਇੱਦਾਂ ਦੇ ਹਾਲਾਤ ਆ ਇੱਥੇ। ਅਤੇ ਬੇਨਤੀ ਆ ਸਾਡੀ, ਜਿੰਨੇ ਵੀ ਇੱਥੇ ਸਰਕਾਰ ਨੇ ਜਿੰਨੇ ਵੀ ਵੋਟਾਂ ਮੰਗਣੀਆਂ ਕੋਈ ਵੀ ਹੋਵੇ, ਸਾਡਾ ਮਾਸੀ ਦਾ ਪੁੱਤ ਨਹੀਂ ਗਾ ਕਿ ਉਹਨੂੰ ਵੀ ਵੋਟਾਂ ਪਾ ਦਾਂਗੇ, ਉਹਨੂੰ ਵੋਟਾਂ ਤਾਂ ਪਾਵਾਂਗੇ ਸਾਡਾ ਇਹ ਰਸਤਾ ਬਣੇ, ਸਕੂਲ ਸਾਡਾ ਚਾਲੂ ਕੀਤਾ ਜਾਵੇ, ਹੋਰ ਜਿਹੜੀਆਂ ਸਹੂਲਤਾਂ ਵਾਂ, ਕਿਉਂਕਿ ਬੱਚੇ ਨਪੜ ਰਹਿਣਗੇ, ਅੱਗੇ ਭਵਿੱਖ ਉਹਨਾਂ ਦਾ ਕਿੱਦਾਂ ਬਣੂ ਜੇ ਬੱਚੇ ਨਪੜ ਰਹਿਣਗੇ ਸਾਡੇ। ਅਤੇ ਸਾਡੀਆਂ ਬੇਨਤੀਆਂ ਵਾ, ਜੇ ਸਰਕਾਰ ਨੇ ਕਿਸੇ ਨੇ ਆਉਣਾ ਪਹਿਲਾਂ ਰਾਹ ਬਣਾ ਕੇ ਤੇ ਆਪ ਉੱਤੋਂ ਲੰਘ ਕੇ ਆਵੇ। ਅਤੇ ਗੁਰਦੁਆਰੇ ਦਾ ਜਿਹੜੀ ਵੀ ਆ ਬਿਲਡਿੰਗ ਆ ਵੀ ਅਧੂਰੀ ਆ ਸਾਡੀ, ਕੋਈ ਵੇਖਦਾ ਨਹੀਂ, ਉਹ ਵਿਚਾਰੇ ਆਪਣਾ ਕੋਲੋਂ ਤਿਲ ਫੁੱਲ ਇਕੱਠਾ ਕਰਕੇ ਤੇ ਆਪਣਾ ਇੱਥੇ ਮਾੜਾ ਗੁਰੂ ਮਹਾਰਾਜ ਦਾ ਪ੍ਰਕਾਸ਼ ਕਰਾਇਆ ਉਹਨਾਂ ਨੇ। ਅਤੇ ਸਾਡੀਆਂ ਬੇਨਤੀਆਂ, ਜੇ ਆਉਣਾ ਇੱਥੇ ਕਿਸੇ ਸਰਕਾਰ ਨੇ, ਚਾਹੇ ਮੋਦੀ ਸਰਕਾਰ ਹੋਵੇ ਅਤੇ ਚਾਹੇ ਆਮ ਪਾਰਟੀ ਹੋਵੇ ਚਾਹੇ ਕਾਂਗਰਸ ਹੋਵੇ, ਸਾਡੀ ਕੋਈ ਵੀ ਸਕੀ ਨਹੀਂ ਹੈਗੀ, ਜਿਹਨੇ ਸਾਡਾ ਸੋਚਿਆ ਨਹੀਂ ਉਹ ਸਾਡੀ ਸਕੀ ਨਹੀਂ। ਇਹ ਇੰਨਾ ਕੁਝ ਬੋਲਦਾ